ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ 5 ਰੋਜ਼ਾ 8ਵਾਂ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ ਸ਼ੁਰੂ ਹੋ ਚੁੱਕਾ ਹੈ, ਜਿਸਦਾ ਰਸਮੀ ਉਦਘਾਟਨ ਅੱਜ ਕਰ ਦਿੱਤਾ ਗਿਆ। 21 ਤੋਂ 25 ਫਰਵਰੀ ਤੱਕ ਇਹ ਮੇਲਾ ਲਗਾਇਆ ਜਾਏਗਾ। ਇਸ ਦੌਰਾਨ ਖਾਸ ਤੌਰ ਤੇ ਸੂਫੀ ਗਾਇਕ ਤੇ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਵੀ ਪਹੁੰਚੇ ਹੋਏ ਸਨ। ਇਸ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਸੁੱਖੀ ਬਾਠ ਸੰਸਥਾਪਕ ਪੰਜਾਬੀ ਭਵਨ ਸਰੀ ਕੈਨੇਡਾ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਨਰੇਗੀ ਸਕੱਤਰ ਰਜਿੰਦਰ ਮੋਹਨ ਚੀਨਾ ਵੀ ਪਹੁੰਚੇ ਹੋਏ ਸਨ। ਇੱਥੇ ਵੀ ਦੱਸਣਾ ਬਣਦਾ ਹੈ ਕਿ 100 ਦੇ ਕਰੀਬ ਪ੍ਰਕਾਸ਼ਕ ਇੱਥੇ ਪਹੁੰਚੇ ਹੋਏ ਸਨ। ਪਾਠਕ ਵਿਸ਼ੇਸ਼ ਛੋਟ 'ਤੇ ਪੁਸਤਕਾਂ ਖਰੀਦ ਸਕਣਗੇ। ਇੱਥੋਂ ਜਿੱਥੇ ਇਸ ਮੇਲੇ ਦੇ ਵਿੱਚ ਪੁਸਤਕਾਂ ਲਗਾਈਆਂ ਗਈਆਂ ਨੇ, ਉਸੇ ਦੌਰਾਨ ਮੌਸਮੀ ਫੁੱਲਾਂ ਦੀ ਵੀ ਪ੍ਰਦਰਸ਼ਨੀ, ਵੱਖ ਵੱਖ ਪਕਵਾਨਾਂ ਦੇ ਸਟਾਲ ਅਤੇ ਕਈ ਮਨੋਰੰਜਨ ਦੇ ਸਾਧਨ ਵੀ ਇੱਥੇ ਤੁਹਾਨੂੰ ਨਜ਼ਰ ਆਉਣਗੇ। ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਨੇ ਕਿਸਾਨੀ ਸੰਘਰਸ਼ ਬਾਰੇ ਹੰਸਰਾਜ ਹੰਸ ਕੋਲੋਂ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਅਰਦਾਸ ਕਰਦੇ ਨੇ ਕਿ ਜਲਦ ਤੋਂ ਜਲਦ ਇਹ ਅੰਦੋਲਨ ਖਤਮ ਹੋ ਜਾਏ। ਮੈਂ ਇਹ ਕਹਾਂਗਾ ਜੀ ਕਿ ਇਸ ਮੁਕੱਦਸ ਧਰਤੀ 'ਤੇ ਸ਼੍ਰੀ ਅੰਮ੍ਰਿਤਸਰ ਕਿਸੇ ਵੀ ਬਹਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ ਨਸੀਬ ਹੈ, ਔਰ ਮੈਂ ਇਸ ਧਰਤੀ ਨੂੰ ਵੀ ਨਮਸਕਾਰ ਕਰਦਾ ਜਿਸ ਜੋ ਸਾਰੇ ਜਹਾਨ ਲਈ ਮੁਕੱਦਸ ਹੈ, ਔਰ ਮੈਂ ਪ੍ਰਿੰਸੀਪਲ ਸਾਹਿਬ ਦਾ, ਚੀਨਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਟਾਫ ਦਾ ਜਿਨ੍ਹਾਂ ਨੇ ਯਾਦ ਫਰਮਾਇਆ। ਇਸ ਬਹਾਨੇ ਮੇਰਾ ਗੁਨਾਹਗਾਰ ਸਿਰ ਇਸ ਮੁਕੱਦਸ ਧਰਤੀ 'ਤੇ ਚੁੱਕ ਜਾਏਗਾ। ਖਾਲਸਾ ਕਾਲਜ ਇਹਦੀ ਇਮਾਰਤ ਹੀ ਵੇਖ ਕੇ ਪਤਾ ਲੱਗਦਾ ਕਿ ਸਾਡੀ ਕਿੰਨੀ ਅਮੀਰ ਵਿਰਾਸਤ ਹੈ, ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ, ਭਾਈ ਰਾਮ ਸਿੰਘ ਕਮਾਲ, ਯਾਨੀ ਇੱਕੋ ਵਾਹਦ ਬਿਲਡਿੰਗ ਹੈ ਇਹ, ਔਰ ਬੜੀ ਖੁਸ਼ਨਸੀਬੀ ਮੇਰੀ। ਥੈਂਕ ਯੂ ਸਰ। ਕਿਸਾਨੀ ਅੰਦੋਲਨ ਕਿਸ ਤਰ੍ਹਾਂ ਵੇਖ ਰਹੇ? ਉਸੇ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ, ਹਰ ਪੰਜਾਬੀ ਦੇਖ ਰਿਹਾ, ਜਾਂ ਜਿਹੜਾ ਬੰਦਾ ਵੀ ਰਿਜ਼ਕ ਦਾਤੇ ਦੀ ਇੱਜ਼ਤ ਕਰਦਾ, ਕਿਉਂਕਿ ਮੈਂ ਤਾਂ ਵੈਸੇ ਹੀ ਪੰਜਾਬ ਦੇ ਹਰ ਬੰਦੇ ਦਾ ਕੁਛ ਨਾ ਕੁਛ ਦੇਣਾ ਹੀ ਹੈ, ਕਰਜ਼ਦਾਰ ਹਾਂ ਮੈਂ। ਅਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਅਹਿਸਾਨ ਫਰਾਮੋਸ਼ ਨਹੀਂ ਕਦੀ ਹੋ ਸਕਦਾ, ਆਪਣੇ ਲੋਕਾਂ ਲਈ, ਆਪਣੀ ਧਰਤੀ ਲਈ, ਆਪਣੇ ਪੰਜਾਬੀਆਂ ਲਈ, ਪੰਜਾਬੀਅਤ ਲਈ। ਮੈਂ ਅਰਦਾਸ ਕਰਦਾ ਹੇ ਸੱਚਾ ਪਾਤਸ਼ਾਹ, ਕਿਸਾਨ ਔਰ ਪੰਜਾਬ ਇਹ ਘੁੱਗ ਵਸੇ, ਔਰ ਸਾਡੇ ਅਸੀਂ ਸਾਰੇ ਮਰਹਲਿਆਂ 'ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ। ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ? ਰਾਜਨੀਤਿਕ ਹੋਣ ਦੇ ਬਾਵਜੂਦ ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ, ਅਤੇ ਮੈਨੂੰ ਪਤਾ ਨਹੀਂ, ਮੈਂ ਅਰਦਾਸ ਕਰ ਸਕਦਾ ਮਾਲਕ। ਪੱਛਮ ਬੰਗਾਲ ਦੇ ਵਿੱਚ ਇੱਕ IPS ਆਫਿਸਰ ਨੂੰ ਖਾਲਿਸਤਾਨੀ ਕਿਹਾ ਗਿਆ ਕਿਉਂਕਿ ਪੱਗ ਬੰਨੀ ਹੋਈ ਸੀ, ਕਿਤਾਬਾਂ ਦਾ ਬਹੁਤ ਵੱਡਾ ਖਜ਼ਾਨਾ ਹੈ ਔਰ ਬੁੱਕਸ ਦਾ ਹਿਸਟੋਰੀਕਲ ਵੀ ਨੇ, ਨੌਲੇਜੇਬਲ, ਕਿੰਨਾ ਕੁ ਫਾਇਦਾ ਜੀ ਸਟੂਡੈਂਟਸ ਨੂੰ, ਕਿੰਨੇ ਕੁ ਇਹਦੇ ਨਾਲ ਸਪੋਰਟ ਹੋਏਗੀ? ਮੈਂ ਇੱਥੇ ਨਾ ਜਿਹੜੇ ਇਸ ਧਰਤੀ ਨਾਲ ਵਾਬਸਤਾ ਉਹ ਤਾਂ ਹੈ ਹੀ ਆ, ਪੂਰੇ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਕਿਤਾਬਾਂ ਪੜ੍ਹਨ ਦਾ ਸ਼ੌਕ ਪਾਲੋ, ਹਰਫਾਂ ਦੀ ਇੱਜ਼ਤ ਕਰੋ, ਸ਼ਬਦਾਂ ਦੀ ਇੱਜ਼ਤ ਕਰੋ, ਤਾਂ ਕਿ ਸਾਨੂੰ ਬਹੁਤ ਸਖਤ ਲੋੜ ਹੈ। ਜਿਹੜਾ ਬੰਦਾ ਕਿਤਾਬ ਪੜ੍ਹਦਾ, ਰਸੂਲ ਹਮਜ਼ਾ ਤੋਪ ਦੀ ਕਿਤਾਬ ਪੜ੍ਹੀ ਸੀ ਮੈਂ ਬਹੁਤ ਪਹਿਲਾਂ, ਮੇਰਾ ਦਾਗਿਸਤਾਨ, ਉਹ ਕਮਾਲ ਕਿਤਾਬ ਸੀ। ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ, ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕ ਗੀਤ ਜਿੰਨੀ ਉਮਰ ਹੋਵੇ। ਸੋ ਉਹ ਕਿਤਾਬ ਪੜ੍ਹਦਿਆਂ ਫਿਰ ਬਾਬਾ ਸੂਫੀ ਬਾਬਿਆਂ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਮੈਨੂੰ ਪੜ੍ਹਨ ਦਾ ਬੜਾ ਸ਼ੌਕ ਹੈ, ਪੜ੍ਹਦਾ ਹੀ ਰਹਿੰਦਾ ਮੈਂ, ਕਿਉਂਕਿ ਮੈਂ ਵਿਦਿਆਰਥੀ ਹੀ ਸਮਝਦਾ ਸੰਗੀਤ ਦਾ ਵੀ ਔਰ ਲਿਟਰੇਚਰ ਦਾ। ਇਸ ਤੋਂ ਵੱਡਾ ਕੀ ਮੈਸੇਜ ਹੋ ਸਕਦਾ ਕਿ ਇਸ ਤੋਂ ਵੱਡੀ ਕੋਈ ਗਾਲ ਨਹੀਂ, ਬਦ ਅਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ, ਮਾਂ ਬੋਲੀ ਨੂੰ ਪਿਆਰ ਕਰੋ।
ਜਿਹੜਾ ਬੰਦਾ ਪੰਜਾਬੀਅਤ ਨੂੰ ਪੰਜਾਬੀ ਹੋਣ 'ਤੇ ਨਾਜ਼ ਨਹੀਂ ਕਰਦਾ, ਦੂਜੀਆਂ ਜ਼ਬਾਨਾਂ ਸਿੱਖੋ ਕੋਈ ਗੱਲ ਨਹੀਂ, ਪੂਰੀ ਦੁਨੀਆ 'ਚ ਗਲੋਬਲਾਈਜ਼ ਹੋ ਗਈ ਦੁਨੀਆ, ਲੇਕਿਨ ਆਪਣੀ ਜ਼ੁਬਾਨ ਨੂੰ ਬਹੁਤ ਪਿਆਰ ਕਰੋ, ਬਹੁਤ ਜ਼ਿਆਦਾ। ਲੱਗਦਾ ਹੈ ਜੀ ਮੇਲੇ ਲੱਗਣੇ ਚਾਹੀਦੇ ਕੰਮ ਬੱਚਿਆਂ ਨੂੰ ਇਸ ਬਾਰੇ ਨੋਲੇਜ? ਜੀ ਮੇਲੇ ਤਾਂ ਲੱਗਣੇ ਹੀ ਚਾਹੀਦੇ ਆ, ਦੁਨੀਆ ਆਪਣੇ ਆਪ 'ਚ ਮੇਲਾ, ਅਤੇ ਉਸ ਮੇਲੇ 'ਚ ਇਹੋ ਜਿਹਾ ਮੇਲੇ ਜਦੋਂ ਲੱਗਦੇ ਆ ਤਾਂ ਰੂਹ ਸਰਸ਼ਾਰ ਹੋ ਜਾਂਦੀ ਹੈ।